ਮੁਰਦਾਬਾਦ ਮੁਰਦਾਬਾਦ ਸਰਕਾਰ ਮੁਰਦਾਬਾਦ 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 ਸਰਕਾਰ ਹਾਏ 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 ਹਾਏ। ਦਿੱਲੀ ਵਿਖੇ ਸ਼੍ਰੀ ਗੁਰੂ ਰਵਿਦਾਸ ਪ੍ਰਾਚੀਨ ਮੰਦਿਰ ਤੁਗਲਕਾਬਾਦ ਨੂੰ ਢਾਉਣ ਦੀ ਪ੍ਰਕਿਰਿਆ ਵਿਰੁੱਧ ਸੜਕਾਂ 'ਤੇ ਆਏ ਰਵਿਦਾਸ ਭਗਤ ਦਿੱਲੀ ਫਾਜ਼ਿਲਕਾ ਕੌਮੀ ਮਾਰਗ 'ਤੇ ਲਾਇਆ ਜਾਮ। ਮੁਗਲ ਸ਼ਾਸਕ ਸਿਕੰਦਰ ਲੋਧੀ ਨੇ ਗੁਰੂ ਜੀ ਨੂੰ ਜਾਮ ਦਿੱਤੀ ਸੀ, ਪਰ ਉਹ 18 ਸਦੀਆਂ ਪੁਰਾਣਾ ਇੱਕ ਇਤਿਹਾਸਿਕ ਮੰਦਿਰ ਸੀ ਜੋ ਮੋਦੀ ਸਰਕਾਰ ਦੇ ਇਸ਼ਾਰੇ 'ਤੇ ਅੱਜ ਬੁਲਡੋਜ਼ਰ ਲਾ ਕੇ ਤੋੜ ਦਿੱਤਾ ਗਿਆ ਔਰ ਗੁਰੂ ਸਾਹਿਬ ਦੇ ਸਰੂਪ ਦੀ ਬਹੁਤ ਹੀ ਬੇਅਦਬੀ ਕੀਤੀ ਗਈ ਹੈ ਅਤੇ ਇਸ ਕਰਕੇ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਦਿੱਲੀ ਵਿਖੇ ਸ਼੍ਰੀ ਗੁਰੂ ਰਵਿਦਾਸ ਪ੍ਰਾਚੀਨ ਮੰਦਿਰ ਤੁਗਲਕਾਬਾਦ ਨੂੰ ਢਾਉਣ ਦੀ ਪ੍ਰਕਿਰਿਆ ਨੂੰ ਲੈ ਕੇ ਅੱਜ ਮਲੋਟ ਦੇ ਰਵਿਦਾਸ ਭਾਈਚਾਰੇ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਅਤੇ ਦਿੱਲੀ ਫਾਜ਼ਿਲਕਾ ਕੌਮੀ ਮਾਰਗ ਜਾਮ ਕਰਕੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਜਿਸ ਦੌਰਾਨ ਕੌਮੀ ਮਾਰਗ 'ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਬਸਪਾ ਆਗੂ ਐਡਵੋਕੇਟ ਚੁੰਨੀ ਲਾਲ ਭਾਰਤੀ ਦੀ ਅਗਵਾਈ ਹੇਠ ਸੈਂਕੜੇ ਰਵਿਦਾਸ ਪੈਰੋਕਾਰਾਂ ਨੇ ਰੋਸ ਮਾਰਚ ਵਿੱਚ ਸ਼ਮੂਲੀਅਤ ਕੀਤੀ ਅਤੇ ਇਹ ਸਾਡਾ ਜੋ ਰੋਸ ਪ੍ਰਦਰਸ਼ਨ ਹੈ ਦਿੱਲੀ ਦੇ ਤੁਗਲਕਾਬਾਦ ਦੇ ਵਿੱਚ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਇੱਕ ਬਹੁਤ ਹੀ ਸਦੀਆਂ ਪੁਰਾਣਾ ਇਤਿਹਾਸਿਕ ਮੰਦਿਰ ਸੀ ਜਿਹਦੀ ਜ਼ਮੀਨ ਵੀ ਮੁਗਲ ਸ਼ਾਸਕ ਸਿਕੰਦਰ ਲੋਧੀ ਨੇ ਗੁਰੂ ਜੀ ਨੂੰ ਦਾਨ ਕੀਤੀ ਸੀ ਔਰ ਉਸ ਥਾਂ 'ਤੇ ਸਦੀਆਂ ਪੁਰਾਣਾ ਇੱਕ ਗੁਰੂ ਰਵਿਦਾਸ ਜੀ ਦਾ ਮੰਦਿਰ ਸੀ ਜਿਸ ਨੂੰ ਕੇਂਦਰ ਸਰਕਾਰ ਦੀ ਇਸ਼ਾਰੇ 'ਤੇ ਤਾਂ ਜੋ ਇਹ ਦਬੇ ਕੁਚਲੇ ਗਰੀਬ ਲੋਕਾਂ ਦੇ ਜਿਹੜੇ ਗੁਰੂ ਨੇ ਪੀਰ ਨੇ ਇਹਨਾਂ ਦੇ ਅਨੁਯਾਈ ਅੱਗੇ ਨਾ ਵੱਧ ਸਕਣ, ਇਹਨਾਂ ਤੋਂ ਚੰਗੀਆਂ ਸਿੱਖਿਆਵਾਂ ਨਾ ਲੈ ਸਕਣ ਔਰ ਮਨੁਵਾਦੀਆਂ ਦੇ ਇਸ਼ਾਰੇ 'ਤੇ ਚੱਲਦੇ ਰਹਿਣ, ਇਹ ਸਾਜ਼ਿਸ਼ ਦੇ ਤਹਿਤ ਅੱਜ ਇਹ ਮੰਦਿਰ ਦੇ ਉੱਤੇ ਬੁਲਡੋਜ਼ਰ ਚਲਾ ਦਿੱਤਾ ਗਿਆ ਔਰ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜੋ ਸਰੂਪ ਸੀ ਉਹਦੀ ਵੀ ਬੜੀ ਬੇਅਦਬੀ ਕੀਤੀ ਗਈ। ਉਹਦੇ ਵਿਰੋਧ ਵਜੋਂ ਪੂਰੇ ਮਲੋਟ ਦੇ ਗੁਰੂ ਰਵਿਦਾਸ ਸਮਾਜ ਦੇ ਲੋਕ ਵੱਖ ਵੱਖ ਮੁੱਲਿਆਂ ਦੇ ਵਿੱਚੋਂ ਆਏ ਨੇ ਔਰ ਸਾਰਿਆਂ ਨੇ ਇਹ ਸ਼ਾਂਤੀਮਈ ਰੋਸ ਪ੍ਰਦਰਸ਼ਨ ਕੀਤਾ ਹੈ। ਅਸੀਂ ਮੰਗ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਗੁਰੂ ਮਹਾਰਾਜ ਦੇ ਸਰੂਪ ਨਾਲ ਬੇਅਦਬੀ ਕੀਤੀ ਗਈ ਹੈ, ਇੱਕ ਤਾਂ ਉਸ ਸਰੂਪ ਨੂੰ ਪੂਰਾ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਗੁਰੂ ਰਵਿਦਾਸ ਜੀ ਦੀ ਅੰਮ੍ਰਿਤ ਬਾਣੀ ਦਾ ਪ੍ਰਕਾਸ਼ ਕਰਾ ਕੇ ਉੱਥੇ ਦੁਬਾਰਾ ਸਥਾਪਿਤ ਕੀਤਾ ਜਾਵੇ ਔਰ ਜਿਸ ਮੰਦਿਰ ਨੂੰ ਢਾਹਿਆ ਗਿਆ ਹੈ ਉਸ ਮੰਦਿਰ ਨੂੰ ਕੇਂਦਰ ਸਰਕਾਰ ਆਪਣੇ ਖਰਚੇ 'ਤੇ ਬਣਾਵੇ ਔਰ ਪੂਰੇ ਦੇਸ਼ ਦੇ ਰਵਿਦਾਸ ਭਾਈਚਾਰੇ ਤੋਂ ਕੇਂਦਰ ਸਰਕਾਰ ਮਾਫੀ ਮੰਗੇ, ਇਹ ਸਾਡੀ ਮੰਗ ਹੈ।